ਜ਼ਿਲ੍ਹਾ ਹੁਸ਼ਿਆਰਪੁਰ ਅੰਦਰ ਪੈਂਦੇ ਪਿੰਡ ਵੱਡੋਂ ਸਥਿਤ ਨਿਰਮਲ ਕੁਟੀਆ 108 ਸੰਤ ਮਈਆ ਦਾਸ ਜੀ ਦੀ ਧਰਮਸ਼ਾਲਾ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਯੋਗ ਰਹਿਨਮਾਈ ਹੇਠ ਸਾਰੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਖੱਟ ਦਰਸ਼ਨ ਸਾਧੂ ਸਮਾਜ 108 ਮਹੰਤ ਗਿਆਨ ਦੇਵ ਸਿੰਘ ਨਿਰਮਲ ਪੰਚਾਇਤੀ ਅਖਾੜਾ ਹਰਿਦੁਆਰ ਅਤੇ ਸੰਤ ਗੁਰਚਰਨ ਸਿੰਘ ਜੀ ਦੀ ਦੇਖ ਰੇਖ ਹੇਠ ਸੰਤ ਸਮਾਗਮ ਕੀਰਤਨ ਦਰਬਾਰ 28 ਫਰਵਰੀ ਦਿਨ ਸ਼ੁੱਕਰਵਾਰ ਤੋਂ 1 ਮਾਰਚ ਦਿਨ ਐਤਵਾਰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਸਾਰੇ ਸਮਾਗਮਾਂ ਦੀ ਜਾਣਕਾਰੀ ਮੁੱਖ ਸੇਵਾਦਾਰ ਸੰਤ ਗੁਰਚਰਨ ਸਿੰਘ ਨਿਰਮਲ ਕੁਟੀਆ ਵੱਡੋਂ ਵੱਲੋਂ ਦਿੱਤੀ ਗਈ। ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸੰਤ ਬਾਬਾ ਮਈਆ ਦਾਸ ਜੀ ਦੇ ਪਵਿੱਤਰ ਅਸਥਾਨ 'ਤੇ ਕੁਟੀਆ ਦੇ ਵਿੱਚ ਸਾਲਾਨਾ ਸੰਤ ਸਮਾਗਮ 28 ਫਰਵਰੀ ਤੋਂ 1 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਸਾਰੇ ਹੀ ਮਹਾਂਪੁਰਸ਼ ਸੰਤ ਬਾਬਾ ਮਈਆ ਦਾਸ ਜੀ, ਸੰਤ ਬਾਬਾ ਗਿਆਨ ਦਾਸ ਜੀ, ਸੰਤ ਬਾਬਾ ਸਾਹਿਬ ਦਾਸ ਜੀ, ਸੰਤ ਬਾਬਾ ਪ੍ਰਧਾਨ ਸਿੰਘ ਜੀ ਦੀ ਯਾਦ ਵਿੱਚ 28 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ 8 ਵਜੇ ਆਰੰਭ ਹੋਣਗੇ। ਉਪਰੰਤ ਰਾਤ ਦੇ ਦੀਵਾਨ 8 ਵਜੇ ਤੋਂ 11 ਵਜੇ ਤੱਕ ਸਜਾਏ ਜਾਣਗੇ, ਜਿਸ ਦੇ ਵਿੱਚ ਹਾਜੀ ਸੂਫੀ ਸੰਤ ਗੁਲਾਮ ਹੈਦਰ ਕਾਦਰੀ ਜੀ ਬਰਨਾਲੇ ਵਾਲੇ, ਢਾਡੀ ਜਥਾ ਭੁਪਿੰਦਰ ਸਿੰਘ ਜੀ ਅਣਖੀ, ਅਤੇ ਉਸ ਤੋਂ ਪਹਿਲਾਂ ਆਰੰਭ ਵੇਲੇ ਬੱਚਿਆਂ ਦੇ ਕੀਰਤਨੀ ਜਥੇ ਰਾਗੀ ਸਿੰਘ ਕੀਰਤਨ ਕਰਨਗੇ। 29 ਤਰੀਕ ਨੂੰ ਸਵੇਰੇ 8 ਵਜੇ ਨਗਰ ਕੀਰਤਨ ਆਰੰਭ ਹੋਵੇਗਾ ਸੰਤ ਬਾਬਾ ਮਈਆ ਦਾਸ ਜੀ ਦੇ ਅਸਥਾਨ ਤੋਂ ਕੁਟੀਆ ਤੋਂ। ਨਗਰ ਦੀ ਪਰਿਕਰਮਾ ਕਰਦਾ ਹੋਇਆ ਨਡਾਲੋਂ, ਅਜਨੋਹਾ, ਮਾਈਓ ਪੱਟੀ, ਕੋਕੋਵਾਲ, ਦਿਹਾਣਾ, ਠੱਕਰਵਾਲ, ਧੱਪੜਾਂ, ਰਹੱਲੀ ਅਤੇ ਅਖੀਰ ਦੇ ਉੱਤੇ ਵੱਡੋਂ ਦੀ ਪਰਿਕਰਮਾ ਕਰਦਾ ਹੋਇਆ ਸੰਤ ਬਾਬਾ ਮਈਆ ਦਾਸ ਜੀ ਦੇ ਸਮਾਪਤੀ ਹੋਵੇਗੀ। 1 ਤਰੀਕ ਨੂੰ ਸਵੇਰੇ 5:30 ਵਜੇ ਸਲੋਕ ਆਰੰਭ ਹੋਣਗੇ, ਜਿਨ੍ਹਾਂ ਦੀ ਸਮਾਪਤੀ 6:30 ਵਜੇ ਸਮਾਪਤੀ ਹੋਵੇਗੀ। ਉਪਰੰਤ 9 ਵਜੇ ਦੀਵਾਨ ਸਜਾਏ ਜਾਣਗੇ, ਸੰਤ ਸਮਾਗਮ ਹੋਵੇਗਾ, ਕੀਰਤਨੀ ਜਥੇ ਦਰਬਾਰ ਸਾਹਿਬ ਤੋਂ ਆਉਣਗੇ। ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਭਾਈ ਸਾਹਿਬ ਰਾਗੀ ਕਮਲਜੀਤ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ, ਸਿੰਘ ਸਾਹਿਬ ਗਿਆਨੀ ਗੁਰਵਿੰਦਰ ਸਿੰਘ ਜੀ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹਾਜ਼ਰੀਆਂ ਭਰਨਗੇ। ਖੱਟ ਦਰਸ਼ਨ ਸਾਧੂ ਸਮਾਜ ਦੇ ਮਹਾਂਪੁਰਸ਼ ਸਾਰੇ ਆਉਣਗੇ, ਹਾਜ਼ਰੀਆਂ ਭਰਨਗੇ। ਸਰਬੱਤ ਸੰਗਤਾਂ ਨੂੰ, ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰਿਆਂ ਨੇ 3 ਦਿਨ ਹੀ ਲੰਗਰ ਅਤੁੱਟ ਵਰਤੇਗਾ। ਸਾਰੀਆਂ ਸੰਗਤਾਂ ਨੇ ਆ ਕਰਕੇ ਗੁਰਬਾਣੀ ਸੁਣਨੀ, ਮਹਾਂਪੁਰਸ਼ਾਂ ਦੇ ਬਚਨ ਸੁਣਨੇ ਅਤੇ ਆਪਣੇ ਸਰੀਰਕ ਲਾਹੇ ਪ੍ਰਾਪਤ ਕਰਨੇ ਜ਼ਿੰਦਗੀ ਦੇ। 1 ਤਰੀਕ ਨੂੰ ਹੀ ਕੈਂਪ ਲੱਗਣਗੇ, ਮੈਡੀਕਲ ਕੈਂਪ ਲੱਗੇਗਾ, ਚੈੱਕਅਪ ਕੈਂਪ, ਦਵਾਈਆਂ ਫ੍ਰੀ ਦਿੱਤੀਆਂ ਜਾਣਗੀਆਂ। ਉਸ ਤੋਂ ਬਾਅਦ ਅੱਖਾਂ ਦਾ ਚੈੱਕਅਪ ਕੈਂਪ ਲੱਗੇਗਾ, ਖੂਨਦਾਨ ਕੈਂਪ ਲੱਗੇਗਾ, ਜਿਸ ਦੇ ਵਿੱਚ ਸਾਰੀਆਂ ਸੰਗਤਾਂ ਨੇ ਹਾਜ਼ਰੀ ਭਰਨੀ ਹੈ, ਖੂਨਦਾਨ ਵੀ ਕਰਨਾ ਹੈ, ਜਿਸ ਦੇ ਨਾਲ ਕਿਸੇ ਦੀ ਲੋੜਵੰਦ ਦੀ ਇੱਛਾ ਲੋੜ ਪੂਰੀ ਹੋ ਸਕੇ। ਇਹੀ ਆਪਣੇ ਸਰੀਰ ਦਾ ਜਿਹੜਾ ਪ੍ਰਯੋਜਨ ਹੈ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਸਾਰੇ ਪ੍ਰੋਗਰਾਮਾਂ ਦੇ ਵਿੱਚ ਸਾਰੀਆਂ ਸੰਗਤਾਂ ਨੇ ਵੱਧ ਚੜ੍ਹ ਕੇ ਹਿੱਸਾ ਲੈਣਾ, ਗੁਰਬਾਣੀ ਵੀ ਸੁਣਨੀ ਹੈ, ਕੈਂਪਾਂ ਦੇ ਵਿੱਚ ਵੀ ਹਿੱਸਾ ਲੈਣਾ ਹੈ ਅਤੇ ਲੰਗਰ ਵੀ ਛਕਣੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।